ਕੇਂਦਰੀ ਸਿੱਖਿਆ ਮੰਤਰੀ ਤਰਮੇਂਦਰ ਪ੍ਰਧਾਨ ਨੇ ਨਵੀਂ ਦਿੱਲੀ ਦੇ ਸਿੱਖਿਆ ਹੁਨਰ ਵਿਕਾਸ ਤੇ ਉਦਮਤਾ ਮੰਤਰਾਲੇ ਤੇ ਮੈਟਾ ਵਿਦਿਆਲੇ 3 ਸਾਲਾਂ ਦੀ ਭਾਈਵਾਲੀ ਦੀ ਸ਼ੁਰੂਆਤ ਕੀਤੀ ਇਸ ਮੌਕੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪਹਿਲਕਦਮੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੋਚ ਅਨੁਸਾਰ ਭਾਰਤ ਨੂੰ ਵਿਸ਼ਵ ਦਾ ਹੁਨਰ ਕੇਂਦਰ ਬਣਾਉਣ ਤੇ ਦੇਸ਼ ਦੀ ਅਗਲੀ ਪੀੜ੍ਹੀ ਨੂੰ ਸਸ਼ਕਤ ਬਣਾਏਗੀ ਉਨ੍ਹਾਂ ਅਗੇ ਕਿ ਇਸ ਨਾਲ ਵਿਦਿਆਰਥੀਆਂ ਅਧਿਆਪਕਾਂ ਤੇ ਉਦਮੀਆਂ ਲਈ ਵਿੱਚ ਡਿਜੀਟਲ ਅਤੇ ਮਾਰਕੀਟਿੰਗ ਹੁਨਰ ਵਿਕਸਿਤ ਕਰਨ ਚ ਮਦਦ ਮਿਲੇਗੀ ਇਸ ਸਾਂਝੇਦਾਰੀ ਤਹਿਤ ਅਗਲੇ 3 ਸਾਲਾਂ ਚ ਮੈਟਾ ਵੱਲੋਂ 5 ਲੱਖ ਖੁਦਮੀਆਂ ਨੂੰ ਡਿਜੀਟਲ ਮਾਰਕੀਟਿੰਗ ਹੁਨਰ ਵਿੱਚ ਸਿੱਖਲਾਈ ਦਿੱਤੀ ਜਾਵੇਗੀ ਇਸ ਮੌਕੇ ਸਿੱਖਿਆ ਰਾਜ ਮੰਤਰੀ ਅਨਪੂਰਨਾ ਦੇਵੀ ਅਤੇ ਇਲੈਕਟ੍ਰੋਨਿਕ ਤੇ ਸੂਚਨਾ ਟੈਕਨਾਲੋਜੀ ਅਤੇ ਹੁਨਰ ਵਿਕਾਸ ਮੰਤralਾ ਦੇ ਰਾਜ ਮੰਤਰੀ ਰਾਜੀਵ ਚੰਦਰ ਸ਼ੇਖਰ ਵੀ ਮੌਜੂਦ ਸਨ